ਤੁਹਾਡਾ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੂੰ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਕਾਬਲੇ ادب ਪਰਮ ਸਨਮਾਨਯੋਗ ਸ਼ਤਰ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਮੇਰਾ ਮਤ ਕਿਰਪਾਲਤਾ ਦਿਆਲਤਾ ਦਾ ਸਦਕਾ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਅਜੀਤ ਵੈਬ ਟੀਵੀ ਵੱਲੋਂ ਜੋ ਗੁਰਬਾਣੀ ਨੂੰ ਸਮਝਣ ਦਾ ਵਿਚਾਰਨ ਦਾ ਬੜਾ ਸੁੰਦਰ ਉਪਰਾਲਾ ਕੀਤਾ ਗਿਆ ਹੈ ਉਸ ਦੇ ਤਹਿਤ ਜੋ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਵਿਚਾਰਨ ਦਾ ਯਤਨ ਕਰ ਰਹੇ ਹਾਂ ਹੁਣ ਤੱਕ ਆਪਾਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਵਿੱਚੋਂ ਦੋ ਪੌੜੀਆਂ ਦੀ ਵਿਚਾਰ ਸਾਂਝੀ ਕੀਤੀ ਹੈ ਆਓ ਅੱਜ ਸਤਿਗੁਰਾਂ ਦੀ ਪਾਵਨ ਬਾਣੀ ਦੇ ਵਿੱਚੋਂ ਤੀਸਰੀ ਪੌੜੀ ਦੀ ਵਿਚਾਰ ਆਪਾਂ ਆਰੰਭ ਕਰਨ ਦਾ ਯਤਨ ਕਰਨਾ ਹੈ ਤੋ ਕਰੋ ਕਿਰਪਾ ਬਖਸ਼ੋ ਅਸੀਸ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਹਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਕਾਦਰੇ ਹਰਕਾਰ ਵੇਖ ਸਾਰਾਂ ਯਾਰ ਹਕਰਾ ਗੰਜੂਰ ਜੁਮਲਾ ਫੈਜੇ ਨੂਰ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਦਾ ਧਿਆਨ ਧਰਦਿਆਂ ਦੋਵੇਂ ਹੱਥ ਜੋੜ ਬਾ ਅਦਬ ਸਿਰ ਝੁਕਾਉਂਦਿਆਂ ਹੋਇਆਂ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਜ ਜਪਜੀ ਸਾਹਿਬ ਦੀ ਜੋ ਤੀਸਰੀ ਪੌੜੀ ਹੈ ਉਸ ਦੇ ਅੰਦਰ ਮਹਾਰਾਜ ਜੋ ਆਰੰਭ ਦੀਆਂ ਪੰਕਤੀਆਂ ਬਖਸ਼ਿਸ਼ ਕਰ ਰਹੇ ਨੇ ਗਾਵੇ ਕੋ ਤਾਣ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੈ ਨਿਸ਼ਾਨ ਸਤਗੁਰਾਂ ਨੇ ਇਸ ਪੌੜੀ ਦੇ ਅੰਦਰ ਜੋ ਅਰੰਭਤਾ ਹੈ ਉਹ ਮਨੁੱਖ ਦੇ ਸ਼ੁਕਰਾਨਾ ਕਰਨ ਤੋਂ ਔਰ ਸ਼ੁਕਰਾਨਾ ਕਰਨ ਦਾ ਜਿਹੜਾ ਤਰੀਕਾ ਹੈ ਜਿਹੜਾ ਢੰਗ ਹੈ ਉਹ ਇਹੀ ਹੈ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਵਡਿਆਈ ਸ਼ੋਭਾ ਕਰਨੀ ਹੈ ਦੁਨਿਆਵੀ ਤੌਰ ਤੇ ਅਸੀਂ ਕਿਸੇ ਮਨੁੱਖ ਨੂੰ ਜਦੋਂ ਧੰਨਵਾਦ ਕਹਿਣਾ ਹੁੰਦਾ ਕਿਸੇ ਦਾ ਥੈਂਕਸ ਕਰਨਾ ਹੁੰਦਾ ਤਾਂ ਉਹਦੇ ਵਾਸਤੇ ਸਾਡੇ ਕੋਲੇ ਕੁਝ ਸ਼ਬਦ ਵੀ ਨੇ ਕਈ ਵਾਰ ਅਸੀਂ ਕੋਈ ਵਸਤੂ ਵੀ ਅਗਲੇ ਨੂੰ ਪੇਂਟ ਕਰਦੇ ਹਾਂ ਵੀ ਇਹ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਿਆਂ ਹੋਇਆਂ ਤੁਹਾਨੂੰ ਦੇ ਰਿਆਂ ਤੁਹਾਡੇ ਨਾਲ ਮੈਂ ਇਸ ਭਾਵ ਦੇ ਵਿੱਚ ਇਸ ਸੰਦਰਭ ਦੇ ਅੰਦਰ ਕਿ ਤੁਸੀਂ ਮੇਰੇ ਵਾਸਤੇ ਆ ਕੁਝ ਕੀਤਾ ਤੇ ਮੈਂ ਤੁਹਾਡਾ ਸ਼ੁਕਰਾਨਾ ਕਰਦਾ ਹੁਣ ਸਤਗੁਰਾਂ ਨੇ ਇਸ ਪੌੜੀ ਦੇ ਅੰਦਰ ਸਭ ਨਾਲੋਂ ਤਾਂ ਪਹਿਲਾਂ ਜਿੱਥੇ ਉਸ ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਦਾ ਜ਼ਿਕਰ ਕੀਤਾ ਉੱਥੇ ਨਾਲ-ਨਾਲ ਸ਼ੁਕਰ ਕਰਨ ਵਾਲਿਆਂ ਦਾ ਵੀ ਜ਼ਿਕਰ ਕੀਤਾ ਫਿਰ ਉਹਦੀ ਤਾਕਤ ਦਾ ਵੀ ਉਸ ਮਾਲਕ ਦੀ ਵਡਿਆਈ ਜਿਹੜੀ ਕੀਤੀ ਹੈ ਵੀ ਉਹ ਕੈਸੀ ਸਮਰੱਥਾ ਹੈ ਤੋਂ ਮੈਂ ਬੇਨਤੀ ਅਰੰਭ ਕਰਨ ਤੋਂ ਪਹਿਲਾਂ ਇੱਕ ਬਾਤ ਜ਼ਰੂਰ ਕਵਾਂ ਇੱਕ ਸ਼ਬਦ ਹੈ ਸ਼ੁਕਰ ਕਰਨਾ ਸ਼ੁਕਰਾਨਾ ਕਰਨਾ ਔਰ ਇਹਦਾ ਵਿਪਰੀਤ ਇਹਦੇ ਉਲਟ ਸ਼ਬਦ ਜਿਹੜਾ ਹੈ ਉਹ ਹੈ ਸ਼ਿਕਵਾ ਕਰਨਾ ਔਰ ਇਹ ਮਨੁੱਖ ਦੀ ਜ਼ਿੰਦਗੀ ਦਾ ਇੱਕ ਬੜਾਈ ਤਰਸਦੀ ਵਾਲਾ ਪਹਿਲੂ ਹੈ ਵੀ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਸ਼ੁਕਰਾਨਾ ਬਹੁਤ ਘੱਟ ਕਰਦਾ ਹੈ ਸ਼ਿਕਾਇਤ ਸ਼ਿਕਵੇ ਬਹੁਤ ਜ਼ਿਆਦੇ ਕਰਦਾ ਹੈ। ਔਰ ਉਹਨਾਂ ਸ਼ਿਕਵਿਆਂ ਦੇ ਅੰਦਰ ਉਹਨਾਂ ਸ਼ਿਕਾਇਤਾਂ ਦੇ ਅੰਦਰ ਕਈ ਮਰਤਬਾ ਤਾ ਇੱਥੋਂ ਤੱਕ ਚਲਾ ਜਾਂਦਾ ਹੈ। ਇਹ ਵੀ ਕਹਿ ਦਿੰਦਾ ਵੀ ਰੱਬ ਨੇ ਮੈਨੂੰ ਦਿੱਤਾ ਕੀ ਹੈ। ਔਰ ਤੁਸੀਂ ਧਿਆਨ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਜਦੋਂ ਲਿਸਟ ਇਹੋ ਜੀ ਗਿਣਨੀ ਸ਼ੁਰੂ ਕਰਦੇ ਆ ਨਾ ਵੀ ਰੱਬ ਨੇ ਸਾਨੂੰ ਆਹ ਨਹੀਂ ਦਿੱਤਾ ਆਹ ਨਹੀਂ ਦਿੱਤਾ ਆਹ ਨਹੀਂ ਦਿੱਤਾ। ਅਕਸਰ ਗਿਣਤੀ ਕਰਦੇ ਆ ਵੀ ਮੰਗਿਆ ਸੀ ਜੀ ਇਹ ਵੀ ਨਹੀਂ ਮਿਲਿਆ ਆ ਵੀ ਨਹੀਂ ਮਿਲਿਆ ਇਸ ਗੱਲ ਤੋਂ ਵੀ ਖਾਲੀ ਐ ਇਸ ਗੱਲ ਤੋਂ ਵੀ ਅਸੀਂ ਤਾਂ ਵਿਰਵੇ ਆ ਪਰ ਸਤਗੁਰਾਂ ਦੀ ਜਦੋਂ ਆਪਾਂ ਇਹ ਪੌੜੀ ਪੜ੍ਹਨੀ ਇਹਦੇ ਵਿੱਚ ਮਹਾਰਾਜ ਬਖਸ਼ਿਸ਼ ਕਰਕੇ ਸਮਝਾਉਂਦੇ ਐ ਵੀ ਤੂੰ ਲਿਸਟੋ ਗਿਣਨੀ ਸ਼ੁਰੂ ਕਰ ਦਿੱਤੀ ਵੀ ਮੈਨੂੰ ਆ ਨਹੀਂ ਮਿਲਿਆ ਨਹੀਂ ਮਿਲਿਆ ਪਰ ਜੇਕਰ ਤੇ ਤੂੰ ਇਹ ਗਿਨਣਾ ਸ਼ੁਰੂ ਕਰੇ ਵੀ ਮੈਨੂੰ ਹੁਣ ਤੱਕ ਉਹਨੇ ਦਿੱਤਾ ਕੀ ਕੁਝ ਐ ਤਮਾਰਾ ਜੀ ਕਹਿੰਦੇ ਨਹੀਂ ਜੋ ਕੁਝ ਦਿੱਤਾ ਉਹ ਤੇ ਸ਼ਾਇਦ ਤੂੰ ਗਿਣ ਲਵੇਂ ਪਰ ਜੋ ਕੁਝ ਉਹਨੇ ਦਿੱਤਾ ਉਹਦੀ ਗਿਣਤੀ ਨਹੀਂ ਹੋ ਸਕਦੀ ਰੋਜ਼ਾਨਾ ਆਪਾਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹਦੇ ਆ ਤਾਂ ਉੱਥੇ ਮਹਾਰਾਜ ਇੱਕ ਵਚਨ ਕਹਿੰਦੇ ਆ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ شمار ਤੇਰੀਆਂ ਤਾਂ ਮਾਲਕ ਦਿੱਤੀਆਂ ਦਾਤਾਂ ਦਾ ਹੀ ਅੰਤ ਨਹੀਂ ਪੈ ਸਕਦਾ ਤੇ ਤੇਰਾ ਅੰਤ ਤਾਂ ਪਾਉਣਾ ਬਹੁਤ ਅੱਗੇ ਦੀ ਬਾਤ ਹੈ ਔਰ ਅਸੀਂ ਹੁਣ ਤੱਕ ਆਪਣੇ ਸਖਲੜੇ ਤੇ ਆਪਣੇ ਤਨ ਤੇ ਸਰੀਰ ਤੇ ਬਾਡੀ ਤੇ ਕਿੰਨੇ ਮੀਟਰ ਤੇ ਕਿੰਨਾ ਕਪੜਾ ਹੰਡਾ ਚੁੱਕੇ ਹਾਂ ਕਿੰਨੇ ਰੰਗਾਂ ਦਾ ਸ਼ਾਇਦ ਸਾਨੂੰ ਪਤਾ ਨਹੀਂ ਚੇਤਾ ਨਹੀਂ ਜੋ ਹੋਸ਼ ਵਿੱਚ ਵੀ ਪਹਿਨੇ ਅਸੀਂ ਕਿੰਨੇ ਜੋੜੇ ਅਸੀਂ ਜੁੱਤੀਆਂ ਆਪਣੇ ਪੈਰਾਂ ਦੇ ਵਿੱਚ ਪਾ ਕੇ ਹੰਡਾ ਦਿੱਤੀਆਂ ਸ਼ਾਇਦ ਸਾਨੂੰ ਗਿਣਤੀ ਮਿੰਤੀ ਨਹੀਂ ਹੈ ਕਿੰਨਾ ਅਸੀਂ ਅਨਜਲ ਜਿਹੜਾ ਹੁਣ ਤੱਕ ਛੱਕ ਗਏ ਆ ਖਾ ਗਏ ਆ ਸ਼ਾਇਦ ਸਾਨੂੰ ਪਤਾ ਨਹੀਂ ਹੈ ਅਸੀਂ ਖੁਦ ਆਪਣੇ ਆਪ ਦੀ ਜਿਹੜਾ ਗਿਣਤੀ ਮਿੰਤੀ ਨਹੀਂ ਕਰ ਸਕਦੇ ਪੂਰੇ ਪਰਿਵਾਰ ਦੇ ਵਿੱਚ ਫੈਮਿਲੀ ਦੇ ਅੰਦਰ ਉਹਨੇ ਕੀ ਦਿੱਤਾ ਉਹ ਤਾਂ ਬਹੁਤ ਅੱਗੇ ਦੀ ਬਾਤ ਹੈ ਇਸੇ ਕਰਕੇ ਮਹਾਰਾਜ ਕਹਿੰਦੇ ਜਦੋਂ ਕੋਈ ਉਹਦੇ ਸ਼ੁਕਰ ਵਿੱਚ ਆਉਂਦਾ ਨਾ ਤੇ ਉਹ ਕਦੀ ਇਹ ਨਹੀਂ ਕਹਿੰਦਾ ਵੀ ਮੈਨੂੰ ਉਸ ਮਾਲਕ ਨੇ ਇਹ ਨਹੀਂ ਦਿੱਤਾ ਇਹ ਨਹੀਂ ਦਿੱਤਾ ਉਹ ਤਾਂ ਇੱਕੋ ਹੀ ਗੱਲ ਕਹਿੰਦਾ ਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਈਏ ਸ਼ਾਬਾਸ਼ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ ਉਹ ਤੇ ਸਦਾ ਹੀ ਕਹਿੰਦਾ ਦਾਤਾ ਤੂੰ ਇਤਨਾ ਕੁਝ ਦਿੱਤਾ ਇਤਨਾ ਕੁਝ ਦਿੱਤਾ ਪਰ ਮੈਂ ਤੇਰਾ ਦਿੱਤਾ ਖਾਂਦਾ ਹਾਂ ਪਹਿਨਦਾ ਹਾਂ ਭੋਗਦਾ ਹਾਂ ਜੇ ਨਹੀਂ ਕੁਝ ਕਰਦਾ ਤੇ ਤੇਰਾ ਸ਼ੁਕਰ ਨਹੀਂ ਕਰਦਾ ਕੋਈ ਬੰਦਾ ਸਾਨੂੰ ਨੱਕ ਪੂੰਜਣ ਵਾਸਤੇ ਹੱਥ ਪੂੰਜਣ ਵਾਸਤੇ ਇੱਕ ਛੋਟਾ ਜਿਹਾ ਰੁਮਾਲ ਹੀ ਦੇ ਦੇਵੇ ਕਿਤੇ ਤੇ ਅਸੀਂ ਨਿਮ ਨਿਮ ਕੇ ਪਕੜਨ ਲੱਗਿਆ ਵੀ ਥੈਂਕਸ ਜੀ ਧੰਨਵਾਦ ਜੀ ਧੰਨਵਾਦ ਜੀ ਜੇ ਜੇ ਵਾਪਸ ਫੜਾਉਣੇ ਆ ਤੇ ਫਿਰ ਵੀ ਅਸੀਂ ਚੁੱਕ ਚੁੱਕ ਕੇ ਅਗਲੇ ਨੂੰ ਧੰਨਵਾਦ ਕਰਦੇ ਮੈਂ ਇੱਕ ਛੋਟਾ ਜਿਹਾ ਦ੍ਰਿਸ਼ਤਾਨ ਦੇ ਦਿਆਂ ਕੋ ਸਜਣ ਗਰਮੀ ਵਿੱਚ ਤੁਰਿਆ ਜਾਂਦਾ ਸੀ ਪੈਦਲ ਤੇ ਉਥੋਂ ਕੋਈ ਰੱਬ ਦੇ ਪਿਆਰੇ ਹੁਣ ਰੱਬ ਦੇ ਪਿਆਰੇ ਦਾ ਭਾਵ ਕਿਸੇ ਡਰੈਸ ਕੋਡ ਤੋਂ ਨਹੀਂ ਹੈ ਵੀ ਉਹਨੇ ਕੋ ਕਪੜੇ ਹੋ ਜੇ ਪਾਇਦੇ ਨਹੀਂ ਕਿਸੇ ਵੀ ਪਹਿਰਾਵੇ ਵਿੱਚ ਹੋ ਸਕਦਾ ਉਹ ਇੱਕ ਅਵਸਥਾ ਹੈ ਜੀਵਨ ਦੀ ਤੋ ਖੈਰ ਉਹ ਗੱਡੀ ਦੇ ਵਿੱਚੋਂ ਕੋਲੋਂ ਲੰਘੇ ਤੇ ਉਹਨਾਂ ਨੂੰ ਵੇਖ ਕੇ ਧਿਆਨ ਆਇਆ ਵੀ ਗਰਮੀ ਦਾ ਸਮਾਂ ਬੰਦਾ ਇਕੱਲਾ ਤੁਰਿਆ ਜਾਂਦਾ ਇਹਨੂੰ ਨਾਲ ਚੜਾ ਲਓ ਉਹਨਾਂ ਨੇ ਉਸ ਗੱਡੀ ਦੇ ਵਿੱਚ ਜਦੋਂ ਬਿਠਾਉਣਾ ਕੀਤਾ ਵੀ ਆ ਜਾ ਭਾਈ ਕਿੱਥੇ ਜਾਣਾ ਉਹਨੇ ਦੱਸਿਆ ਮੈਂ ਕੁ 10 ਕਿਲੋਮੀਟਰ ਇਹਦੇ ਤੋਂ ਅਗਾਹ ਜਾਣਾ ਇਸ ਕਰਕੇ ਮੈਂ ਉੱਥੇ ਮੈਂ ਆਪਣਾ ਪਿੰਡ ਹੈ ਨਗਰ ਹੈ ਉੱਥੇ ਪਹੁੰਚਣਾ ਉਹਨ ਜਿਸ ਵਕਤ ਤੇ ਸ਼ਬਦ ਉਹਨੇ ਆਖਿਆ ਉਹ ਕਹਿੰਦਾ ਵੀ ਚੱਲ ਬਹਿ ਜਾ ਤੈਨੂੰ ਉੱਥੇ ਛੱਡਦੇ ਨੇ ਜਦੋਂ ਉਹਨਾਂ ਨੇ ਉਹਨੂੰ ਵਿੱਚ ਬਿਠਾ ਲਿਆ ਹੁਣ ਉਹਦੀ ਮੰਜ਼ਿਲ ਆ ਗਈ ਜਦੋਂ ਮੰਜ਼ਿਲ ਆਈ ਐ ਤੇ ਉਹ ਸੱਜਣ ਉਤਰਿਆ ਉਤਰ ਕੇ ਮਾਰ ਕੇ ਤਾਕੀ ਰਵਾ ਰਵੀਂ ਛੇਤੀ ਛੇਤੀ ਤੁਰ ਪਿਆ ਆਪਣੇ ਮੰਜ਼ਿਲ ਵੱਲ ਨੂੰ ਆਪਣੇ ਪਿੰਡ ਵੱਲ ਨੂੰ ਉਹ ਥੋੜੇ ਜੇ ਕਦਮ ਤੁਰਿਆ ਜਿਹੜੇ ਗੱਡੀ ਵਿੱਚ ਉਹਨੂੰ ਬਿਠਾ ਕੇ ਲਿਆਇ ਸੀ ਉਹਨਾਂ ਨੇ ਆਵਾਜ਼ ਮਾਰੀ ਕਹਿੰਦੇ ਗੱਲ ਸੁਣ ਕੇ ਜਾਇਂ ਵਾਪਸ ਆਇਆ ਕਹਿੰਦਾ ਜੀ ਦੱਸੋ ਕਿੰਦੇ ਵੀ ਅਸੀਂ ਤੈਨੂੰ ਉਥੋਂ ਆਪ ਕਹਿ ਕੇ ਜੇ ਤੂੰ ਨਹੀਂ ਆਖਿਆ ਸੀ ਆਪ ਕਹਿ ਕੇ ਤੈਨੂੰ ਗੱਡੀ 'ਚ ਬਿਠਾ ਕੇ ਲਿਆਏ ਆ ਤੇਰਾ ਜਿਹੜਾ ਸਫ਼ਰ ਤੂੰ ਘੰਟੇ 'ਚ ਮਕਾਉਣਾ ਸੀ ਕੁਝ ਮਿੰਟਾਂ ਦੇ ਵਿੱਚ ਖਤਮ ਹੋ ਗਿਆ ਗਰਮੀ ਤੋਂ ਬਚ ਗਿਆ ਤੇ ਕਮ ਸੇ ਕਮ ਭਰਾ ਤੂੰ ਇੱਥੋਂ ਤੇਰੇ ਲਈ ਅਸੀਂ ਇੰਨਾ ਕੀਤਾ ਬੰਦਾ ਉੱਤਣ ਲੱਗਿਆ ਕੋ ਦੋ ਸ਼ਬਦ ਧੰਨਵਾਦ ਦੇ ਤੱਕ ਕਹਿ ਦਿੰਦਾ ਸ਼ੁਕਰ ਦੇ ਤੱਕ ਕਹਿ ਦਿੰਦਾ ਉਹ ਕਹਿੰਦਾ ਜੀ ਮੈਂ ਭੁੱਲ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਬੜਾ ਸ਼ੁਕਰਾਨਾ ਹੈ ਤੁਸੀਂ ਮੈਨੂੰ ਗੱਡੀ ਦੇ ਵਿੱਚ ਬਿਠਾ ਕੇ ਲਿਆਇਓ ਹੁਣ ਇਹਨਾਂ ਕਹਿ ਕੋ ਫੇਰ ਤੁਰਨ ਲੱਗਾ ਹੱਥ ਜੋੜ ਕੇ ਤੇ ਉਹ ਰੱਬ ਦਾ ਪਿਆਰਾ ਜਿਹੜਾ ਵਿੱਚ ਬੈਠਾ ਸੀ ਉਹ ਕਹਿੰਦਾ ਵੀ ਅਸੀਂ ਤੇ ਕਰਾਇਆ ਇਹਨਾਂ ਕੋ ਸਫਰ ਤੇ ਸਾਡਾ ਤੇ ਸ਼ੁਕਰ ਕਰ ਦਿੱਤਾ ਤੂੰ ਹੁਣ ਲੇਕਨ ਕਦੀ ਸੋਚੀ ਬਹਿ ਕੇ ਜਿਸ ਮਾਲਕ ਦੀਆਂ ਦਿੱਤੀਆਂ ਲੱਤਾਂ ਜਿਸ ਮਾਲਕ ਦੇ ਦਿੱਤੇ ਪੈਰਾਂ ਨਾਲ ਹੁਣ ਤੱਕ ਪਤਾ ਹੀ ਨਹੀਂ ਕਿੰਨੇ ਮੀਲ ਕਿੰਨੇ ਕਿਲੋਮੀਟਰ ਸਫਰ ਤੈਅ ਕਰ ਚੁੱਕਾ ਹੈ ਕਿੰਨਾ ਕਿੰਨੇ ਪਹਾੜਾਂ ਤੇ ਚੜਿਆ ਕਿੰਨਾ ਪੈਦਲ ਮੈਦਾਨਾਂ ਵਿੱਚ ਤੁਰਿਆ ਕਿਤਨਾ ਜਿਹੜਾ ਹੈ ਕਿਸੇ ਸਾਗਰ ਦਰਿਆ ਵਿੱਚ ਤਰਿਆ ਕਿੰਨਾ ਤੁਰਿਆ ਜਿਸ ਮਾਲਕ ਦੀਆਂ ਦਿੱਤੀਆਂ ਲੱਤਾਂ ਜਿਹਦੇ ਪੈਰਾਂ ਨਾਲੇ ਸਭ ਕੁਝ ਕਰਦਾ ਕਦੀ ਉਹਦਾ ਵੀ ਸ਼ੁਕਰ ਕਰਿਆ ਕਰ ਕਦੀ ਉਹਦਾ ਵੀ ਸ਼ੁਕਰਾਨਾ ਕਰਿਆ ਕਰ ਤੋ ਇਹ ਹੈ ਅਸੀਂ ਇਕੱਲੇ ਸਰੀਰ ਵਾਲੀ ਵੇਖ ਲਈਏ ਨਾ ਆਪਣੀ ਬਾਡੀ ਵਾਲੀ ਉਹ ਮਾਲਕ ਨੇ ਕੀ ਕੁਝ ਦਿੱਤਾ ਔਰ ਮੈਂ ਅਕਸਰ ਕਹਿਣਾ ਹੁੰਨਾ ਵੇ ਜਦੋਂ ਅਸੀਂ ਕਿਤੇ ਸ਼ੁਕਰਾਨੇ ਦੀ ਬਾਤ ਸਾਡੇ ਮਨ ਵਿੱਚ ਆਵੇ ਨਾ ਵੀ ਦਿੱਤਾ ਕੀ ਹੈ ਤੇ ਜਿਤਨੇ ਵੀ ਅਸੀਂ ਲੋਕ ਸਮਾਜ ਵਿੱਚ ਸੰਸਾਰ ਵਿੱਚ ਚਾਹੇ ਦੇਸ਼ ਵਿੱਚ ਚਾਹੇ ਵਿਦੇਸ਼ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਰਹਿੰਦੇ ਆਂ ਹਰ ਥਾਂ ਤੇ ਇਹੋ ਜਿਹੇ ਆਦਾਰੇ ਬਣੇ ਨੇ ਅਸੀਂ ਜਿੱਥੇ ਆਪਣੇ ਬੱਚਿਆਂ ਨਾਲ ਪ੍ਰੋਗਰਾਮ ਬਣਾਉਨੇ ਆ ਨਾ ਵੀ ਹਫਤੇ ਬਾਅਦ ਕਿਤੇ ਅਸੀਂ ਘੁੰਮਣ ਜਾਣਾ ਪਿਕਨਿਕ ਤੇ ਜਾਣਾ ਕਿਸੇ ਹੋਰ ਪਲੇਸ ਤੇ ਜਾਣਾ ਕਿਸੇ ਹੋਰ ਥਾਂ ਤੇ ਜਾਣਾ ਮੈਂ ਇੱਕ ਗੱਲ ਕਹਿਣਾ ਵੀ ਮਹੀਨੇ 2 ਮਹੀਨੇ 4 ਮਹੀਨੇ ਬਾਅਦ ਪਰਿਵਾਰ ਪੂਰੇ ਨੂੰ ਲੈ ਕੇ ਇੱਕ ਅੱਧਾ ਢੇੜਾ ਜਿਹੜਾ ਹੈ ਕਿਸੇ ਪਿੰਗਲਵਾੜੇ ਕਿਸੇ ਕੋਹੜੀ ਘਰ ਦੇ ਵਿੱਚ ਕਿਤੇ ਗੁੰਗੇ ਬੋਲੇ ਜਿੱਥੇ ਲੋਕ ਰਹਿੰਦੇ ਨੇ ਆਸ਼ਰਮ ਬਣੇ ਨੇ ਉਹ ਜਾ ਕੁਝ ਉਹਨਾਂ ਥਾਵਾਂ ਤੇ ਜ਼ਰੂਰ ਜਾ ਕੇ ਢੇੜਾ ਮਾਰ ਕੇ ਆਇਆ ਕਰੋ ਕਿਉਂਕਿ ਉਹਨਾਂ ਦੇ ਸਰੀਰਾਂ ਉਹਨਾਂ ਦੀ ਹਾਲਤ ਵਲ ਵੇਖ ਕੇ ਰੱਬ ਚੇਤੇ ਆਉਂਦਾ ਹੈ ਪਰਮੇਸ਼ਰ ਚੇਤੇ ਆਉਂਦਾ ਵੇ ਹੇ ਰੱਬਾ ਜੇ ਸਾਨੂੰ ਵੀ ਇਹੋ ਜਿਹਾ ਬਣਾ ਦੇਨੋ ਹੱਥ ਨਾ ਦੇਨੋ ਪੈਰ ਨਾ ਦੇਨੋ ਜਾ ਕੰਨ ਲੱਗੇ ਨ ਸੁਣਨ ਦੀ ਸ਼ਕਤੀ ਨਾ ਹੁੰਦੀ ਅੱਖਾਂ ਨੇ ਵੇਖਣ ਦੀ ਸ਼ਕਤੀ ਨਾ ਹੁੰਦੀ ਤੇ ਮਾਲਕਾ ਤੇਰਾ ਕੀ ਵਿਗਾੜ ਲੈਂਦਾ ਅਸੀਂ ਤਾਂ ਕੁਝ ਕੁ ਚੀਜ਼ਾਂ ਨੂੰ ਲੈ ਕੇ ਤੇਰੇ ਨਾਲ ਸ਼ਿਕਵੇ ਕਰਨ ਬੈਗ ਗਏ ਪਰ ਉਹ ਵੀ ਲੋਕ ਕਿਸ ertidite ਨੇ ਜਿਨ੍ਹਾਂ ਨੂੰ ਮਾਲਕ ਤੂੰ ਇਹੋ ਜੀਆਂ ਚੀਜ਼ਾਂ ਤੋਂ ਵਿਰਵੇ ਰੱਖਿਆ ਵੇਖ ਨਹੀਂ ਸਕਦੇ ਸੁਣ ਨਹੀਂ ਸਕਦੇ ਤੁਰ ਨਹੀਂ ਸਕਦੇ ਇੱਕ ਕੋਈ ਥਾਂ ਤੇ ਕੁਚੋਕ ਕੇ ਦਰੁਦਰ ਕਰੇਗਾ ਹੋਣਗੇ ਤੋ ਹਮੇਸ਼ਾ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਅਸੀਂ ਲੋਕ ਸਾਰੇ ਅਸੀਂ ਜਦੋਂ ਇਹ ਚੀਜ਼ ਵੇਖਾਂਗੇ ਤਾਂ ਆਪਣੇ ਆਪ ਫਿਰ ਉਸ ਮਾਲਕ ਦਾ ਸ਼ੁਕਰ ਨਿਕਲੇਗਾ ਸੇਵਕੈ ਭਰਪੂਰ ਜੁਗ-ਜੁਗ ਵਾਹ ਗੁਰੂ ਤੇਰਾ ਸਭ ਸਦਕਾ ਫਿਰ ਸਾਡੇ ਅੰਦਰੋਂ ਉਹਦਾ ਸ਼ੁਕਰਾਨਾ ਨਿਕਲੇਗਾ। ਤੋਂ ਅੱਜ ਦੀ ਇਹ ਜਿਹੜੀ ਪੌੜੀ ਇੱਥੋਂ ਹੀ ਆਰੰਭ ਹੁੰਦੀ ਹੈ। ਗਾਵੈ ਕੋ ਤਾਣ ਹੋਵੇ ਕਿਸੈ ਤਾਣ। ਕਹਿੰਦੇ ਜਿਸ ਕਿਸੇ ਮਨੁੱਖ ਨੂੰ ਤੂੰ ਸਮਰੱਥਾ ਦਿੱਤੀ ਹੈ ਨਾ ਤਾਂ ਮੈਨੇ ਬਲ ਤਾਕਤ ਬੰਦੇ ਦੀ ਪਾਵਰ ਕਹਿੰਦੇ ਕੋਈ ਸੇ ਨੂੰ ਜਿਹੜੀ ਤੂੰ ਤਾਕਤ ਦਿੱਤੀ ਐ ਨਾ ਤਾਕਤ ਸਰੀਰ ਕਰਕੇ ਵੀ ਹੁੰਦੀ ਐ ਤਾਕਤ ਮਾਇਆ ਦੀ ਵੀ ਹੈ ਇੱਕ ਤਰ੍ਹਾਂ ਦੀ ਤਾਕਤ ਨਹੀਂ ਐ ਤਾਕਤ ਇਨਸਾਨ ਦੀ ਕੋਈ ਸ਼ੌਹਰਤ ਦੀ ਵੀ ਹੈ ਕੋਈ ਉਹਦੀ ਸਰਕਾਰੇ ਦਰਬਾਰੇ ਪਹੁੰਚਦੀ ਵੀ ਹੈ ਨੇ ਕੋਈ ਪਦਵੀ ਕੋਈ ਰਤਬਾ ਉਹਦੇ ਕੋਲ ਉਹ ਵੀ ਤਾਕਤ ਐ ਕਹਿੰਦੇ ਕੋਈ ਤੇਰੀ ਦਿੱਤੀ ਸਰੀਰ ਵਾਲੀ ਉਸ ਤਾਕਤ ਨੂੰ ਜਾਂ ਹੋਰ ਤਾਕਤ ਜਿਹੜੀ ਤੂੰ ਪਾਵਰ ਉਹਨੂੰ ਦਿੱਤੀ ਐ ਗਾਵੈ ਕੋ ਤਾਣ ਹੋਵੇ ਕਿਸੇ ਤਾਣ ਉਹ ਜਦੋਂ ਤੇਰੇ ਉਸ ਬਲ ਦੀ ਬਾਤ ਨੂੰ ਗਾਉਂਦਾ ਨਾ ਵੀ ਮਾਲਕ ਕਿ ਤੇਰਾ ਦਿੱਤਾ ਤਾਣ ਹੈ ਕਿ ਤੇਰਾ ਦਿੱਤਾ ਬਲ ਹੈ ਜਿਹਨੂੰ ਦਸ਼ਮਪਾਤਸ਼ਾਹ ਮਹਾਰਾਜ ਨੇ ਜਦੋਂ ਜ਼ਿਕਰ ਕੀਤਾ ਨਾ ਚੰਡੀ ਕੀ ਵਾਰ ਦੇ ਅੰਦਰ ਤੇ ਉੱਥੇ ਉਹਨਾਂ ਨੇ ਸ਼ਬਦ ਵਰਤਿਆ ਤੈਥੋਂ ਹੀ ਬਲ RAM ਲੈ ਨਾਲ ਬਾਣਾ ਦੈਸਰ ਕਾਇਆ ਕਹਿੰਦੇ RAM ਜੀ ਹੋਣਾ ਨੇ ਵੀ ਤੇਰਾ ਦਿੱਤਾ ਤਾਣ ਲੈ ਕੇ ਰਾਵਣ ਨੂੰ ਜਿਹੜਾ ਹੈ ਉਹ ਮਾਰਨਾ ਕੀਤਾ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕਰ ਗिराया ਤੇ ਉਹ ਵੀ ਤੇਰਾ ਬਲ ਸੀ ਜਿਹਦੇ ਨਾਲ ਕ੍ਰਿਸ਼ਨ ਜੀ ਹੋਣਾ ਨੇ ਕੰਸ ਦਾ ਅੰਤ ਕੀਤਾ ਤੋ ਇਹ ਮਾਲਕ ਨੇ ਗੁਰਬਾਣੀ ਦੇ ਅੰਦਰ ਜਦੋਂ ਉਸ ਮਾਲਕ ਦੇ ਬਲ ਦੀ ਗੱਲ ਕੀਤੀ ਹੈ ਤਾਂ ਉਹਨੂੰ ਆਖਿਆ ਵੀ ਉਹਦਾ ਬਲ ਉਹਦਾ ਤਾਣ ਕਿਹਾ ਨਹੀਂ ਜਾ ਸਕਦਾ ਕਹਿੰਦੇ ਮਾਲਕ ਤੇਰੇ ਦਿੱਤੇ ਤਾਣ ਨਾਲ ਜਿਸ ਕਿਸੇ ਮਨੁੱਖ ਨੂੰ ਤੂੰ ਸਮਰੱਥਾ ਦਿੱਤੀ ਹੈ ਤੇ ਉਹ ਮਾਲਕ ਤੇਰੇ ਤਾਨ ਨੂੰ ਫਿਰ ਗਾਉਂਦਾ ਹੈ ਵੀ ਦਾਤਾ ਤੇਰੀ ਤਾਕਤ ਹੈ ਤੇਰਾ ਦਿੱਤਾ ਜੋਰ ਹੈ ਤੇਰੇ ਜੋਰ ਵਿੱਚ ਜਿਹੜਾ ਸਭ ਕੁਝ ਹੈ ਜੋ ਉਹਦੇ ਵਿੱਚੋਂ ਤੂੰ ਮੈਨੂੰ ਬਖਸ਼ਿਸ਼ ਕੀਤਾ ਹੈ ਕਹਿੰਦੇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਉਹਦੇ ਨਾਲ ਫਿਰ ਤੇਰੀ ਤਾਕਤ ਪ੍ਰਗਟ ਹੁੰਦੀ ਹੈ ਜਿਵੇਂ ਅਸੀਂ ਗੁਰਬਾਣੀ ਦੇ ਅੰਦਰ ਬਚਨ ਪੜ੍ਹਦੇ ਹਾਂ ਕਿ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਧੰਨ ਗੁਰੂ ਕਲਗੀ ਤਰਸੈ ਮਹਾਰਾਜ ਨੇ ਭਾਈ ਸਰ ਭਾਈ ਬਚਿੱਤਰ ਸਿੰਘ ਉਹਨਾਂ ਨੂੰ ਥਾਪੜਾ ਦੇ ਕੇ ਮਸਤ ਹਾਥੀ ਦੇ ਨਾਲ ਲੜਾ ਦਿੱਤਾ ਮੁਕਾਬਲਾ ਕਰਾ ਦਿੱਤਾ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਇੱਕ ਇੱਕ ਸਿੰਘ ਜਿਹੜਾ ਹੈ ਉਹ ਸਵਾ ਸਵਾ ਲੱਖ ਦੇ ਉੱਤੇ ਭਾਰੂ ਪੈਂਦਾ ਤੋ ਇਹ ਉਹ ਬਲ ਹੈ ਉਹ ਤਾਕਤ ਹੈ ਜੋ ਮਾਲਕ ਦੀ ਅਸੀਸ ਵਿੱਚੋਂ ਨਿਕਲਦੀ ਹੈ ਜਿੱਥੇ ਗੁਰੂ ਦਾ ਬਲ ਪ੍ਰਗਟ ਹੁੰਦਾ ਤੇ ਗੁਰੂ ਕੇ ਬਲ ਦੇ ਰਾਹੀਂ ਉਸ ਪਰਮੇਸ਼ਰ ਦਾ ਬਲ ਕਿਉਂਕਿ ਪਰਮੇਸ਼ਰ ਨੇ ਆਪਣੇ ਉਹਨਾਂ ਜਨਾਂ ਦੇ ਰਾਹੀਂ ਆਪਣੇ ਪਿਆਰਿਆਂ ਦੇ ਰਾਹੀਂ ਹੀ ਆਪਣਾ ਉਹ ਤਾਕਤ ਦਾ ਉਹਨਾਂ ਦੇ ਬਲ ਦਾ ਪ੍ਰਗਟਾਵਾ ਹੋਣਾ ਉਹਦੀ ਜਿਉਂਦੀ ਜਾਗਦੀ ਮਿਸਾਲ ਹੁੰਦੇ ਨੇ ਜਿਹਦੇ ਤੋਂ ਉਹਨਾਂ ਦਾ ਬਲ ਪ੍ਰਗਟ ਹੁੰਦਾ ਹੈ ਮਹਾਰਾਜ ਇਸੇ ਕਰਕੇ ਕਹਿੰਦੇ ਨੇ ਦਾਤਾ ਗਾਵੈ ਕੋ ਤਾਣ ਹੋਵੇ ਕਿਸੇ ਤਾਣ ਅਗਲਾ ਬਚਨ ਕਹਿੰਦੇ ਗਾਵੈ ਕੋ ਦਾਤ ਜਾਣੇ ਨਿਸ਼ਾਨ ਹੁਣ ਗੱਲ ਉੱਥੇ ਆ ਗਈ ਜਿੱਥੋਂ ਆਪਾਂ ਬੇਨਤੀ ਰੰਮ ਕੀਤੀ ਸੀ ਕਿ ਤੇਰੀਆਂ ਦਿੱਤੀਆਂ ਦਾਤਾਂ ਨੂੰ ਤੇਰੀ ਨਿਸ਼ਾਨੀ ਜਾਣ ਕੇ ਸਾਨੂੰ ਕਿਸੇ ਨੇ ਕੋਈ 50 ਰੁਪਈਆ ਦਾ ਪੈਨ ਵੀ ਦਿੱਤਾ ਹੋਵੇ ਨਾ ਤੂੰ ਜਦੋਂ ਅਸੀਂ ਆਪਣੀ ਜੇਬ ਤੇ ਲਾਉਨੇ ਆ ਉਹਦੇ ਨਾਲ ਕੁਝ ਲਿਖਦੇ ਆ ਚਾਰ ਅੱਖਰ ਪਾਉਨੇ ਆ ਤਾਂ ਉਹਦੇ ਪੈਨ ਨੂੰ ਦੇਖ ਕੇ ਉਹਨੂੰ ਵਰਤਦੇ ਆ ਉਹਨੂੰ ਯੂਜ਼ ਕਰਦੇ ਆ ਸਾਡੇ ਮਨ ਦੇ ਅੰਦਰ ਉਦੋਂ ਹੀ ਉਸ ਬੰਦੇ ਦਾ ਖਿਆਲ ਆ ਜਾਂਦਾ ਵੇहां ਯਾਰੇ ਮੇਰੇ ਚਾਚੇ ਨੇ ਦਿੱਤਾ ਸੀ ਜਾਂ ਮੇਰੇ ਦੋਸਤ ਨੇ ਦਿੱਤਾ ਸੀ ਜਾਂ ਮੇਰੇ ਕਿਸੇ ਹੋਰ ਜਿਹੜਾ ਹੈ ਰਿਸ਼ਤੇਦਾਰ ਨੇ ਭੈਣ ਭਰਾ ਨੇ ਦਿੱਤਾ ਉਹਦਾ ਚੇਤਾ ਆ ਜਾਂਦਾ ਸਾਨੂੰ ਅਸੀਂ ਯਾਦ ਕਰਦੇ ਹਾਂ ਉਹਨੂੰ ਫਿਰ ਮਣੇ ਮਣ ਹੀ ਮਣ ਸਾਡੇ ਮਨ ਵਿੱਚ ਯਾਰ ਕਿੱਡਾ ਚੰਗਾ ਬੰਦਾ ਹੈ ਉਹਨੇ ਮੈਨੂੰ ਆ ਦਿੱਤਾ ਮਹਾਰਾਜ ਬਿਲਕੁਲ ਇਸ ਤਰ੍ਹਾਂ ਕਹਿੰਦੇ ਆ ਵੀ ਜਦੋਂ ਤੂੰ ਆਪਣੇ ਸਰੀਰ ਨੂੰ ਵੇਖਦਾ ਨਾ ਸ਼ੀਸ਼ੇ ਸਾਹਮਣੇ ਕਿੰਨਾ ਕਿੰਨਾ ਟਾਈਮ ਲਾਉਣਿਆ ਸਿੱਖ ਲੋਕੇ ਅੱਖਾਂ ਨੂੰ ਸਵਾਰਦੇ ਆਂ ਮੂੰਹ ਨੂੰ ਧੁੰਦੇ ਰਹਿਨੇ ਆਂ ਸਰੀਰ ਵੱਲ ਵੇਖਦੇ ਆਂ ਹੱਥਾਂ ਵੱਲ ਵੇਖਦੇ ਆਂ ਬਹੁਤ ਕੁਝ ਐ ਤਮਾਰਾ ਜੀ ਕਹਿੰਦੇ ਵੀ ਜਦੋਂ ਇਹਦੇ ਵੱਲ ਵੇਖਦਾ ਨਾ ਆ ਸਰੀਰ ਆਪਣੇ ਵੱਲ ਅੱਖਾਂ ਵੇਖਦਾ ਕੰਨਾਂ ਨੂੰ ਵੇਖਦਾ ਘੰਟਿਆਂ ਬੱਧੀ ਸ਼ੀਸ਼ੇ ਦੇ ਸਾਹਮਣੇ ਜਿੰਨੇ ਵਾਰੀ ਵੀ ਹੋਵੇਂ ਮਾਲਕ ਦਾ ਸ਼ੁਕਰ ਕਰਿਆ ਕਰ ਕਿਉਂਕਿ ਤੈਨੂੰ ਦਿੱਤੀ ਉਹਦੀ ਦਾਤ ਐ ਨਿਸ਼ਾਨੀ ਆ ਉਹਦੀ ਤੇ ਗਾਇਆ ਕਰ ਉਹਨੂੰ ਵੀ ਮਾਲਕ ਤੋਂ ਕਿੱਡੀ ਵੱਡੀ ਕਿਰਪਾ ਕੀਤੀ ਐ ਇੱਕ ਇਨਸਾਨ ਦਾ ਦਿੱਤਾ 5 ਰੁਪਈਆ ਦਾ ਕੋਈ ਗਿਫਟ ਜਿਹੜਾ ਜਿਹਨੂੰ ਵੇਖਦੇ ਆ ਤੈਨੂੰ ਉਹ ਇਨਸਾਨ ਦੀ ਜਿਆਦਾ ਆ ਜਾਂਦੀ ਹੈ ਮਹਾਰਜ ਕਹਿੰਦੇ ਕਿੰਨੀਆਂ ਦਾਤਾਂ ਨੇ ਉਸ ਦਾਤੇ ਦੀਆਂ ਇਹਨਾਂ ਨੂੰ ਵੇਖ ਕੇ ਰੱਬ ਚੇਤੇ ਨਹੀਂ ਆਉਂਦਾ ਉਹ ਵੀ ਸਾਡੀ ਫਿਤਰਤ ਮਾਲਕ ਨੇ ਲਿਖੀ ਆ ਪ੍ਰਭਾਤੀ ਰਾਗ ਵਿੱਚ ਛਬਦੇ ਆ ਜਿੱਥੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਇਹ ਭਾਈ ਸਭ ਕੁਝ ਆਪਣਾ ਇਕਰਾਮ ਪਰਾਇਆ ਵਸਤੂਆਂ ਕਹਿੰਦਾ ਸਾਰੀਆਂ ਮੇਰੀਆਂ ਪਰ ਰੱਬ ਨੂੰ ਪਰਾਇਆ ਕਰ ਛੱਡਿਆ ਉਹਨੂੰ ਨਿਚੇਤੇ ਕਰਦਾ ਉਹਨੂੰ ਯਾਦ ਨਹੀਂ ਕਰਦਾ ਇਨਸਾਨ ਦੀ ਦਿੱਤੀ ਵਸਤੂ ਜਿਹੜੀ ਉਹ ਚੇਤੇ ਰਹਿ ਜਾਂਦੀ ਉਹਨੂੰ ਯਾਦ ਵੀ ਕਰਦਾ ਹੈ ਉਹਦਾ ਧੰਨਵਾਦ ਵੀ ਕਰਦਾ ਉਹਨੂੰ ਚੇਤੇ ਵੀ ਲੇਕਿਨ ਮਹਾਰਾਜ ਕਹਿੰਦੇ ਚੇਤੇ ਕਰਿਆ ਕਰ ਜਿਸ ਮਾਲਕ ਨੇ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੀਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਣੀ ਪਾਏ ਵਾਜੇ ਪਵਣ ਅੱਖ ਸਜਾਏ ਉਸ ਮਾਲਕ ਨੂੰ ਚੇਤੇ ਕਰਿਆ ਕਰ ਉਹਨੂੰ ਜਿਸ ਦਾਤੇ ਨੇ ਤੈਨੂੰ ਬੱਚੇ ਦਿੱਤੇ ਘਰ ਦਾ ਗੇਟ ਖੋਲਦਾ ਹੈ ਬੈਲ ਕਰਦਾ ਹੈ ਜਿਸ ਮਾਲਕ ਨੇ ਤੈਨੂੰ ਘਰ ਦਿੱਤਾ ਜਿਸ ਬੈੱਡ ਤੇ ਸੌਣਾ ਹੈ ਜਿਸ ਮਾਲਕ ਨੇ ਤੈਨੂੰ ਉਹ ਦਾਅ ਦਿੱਤੀ ਉਹਦਾ ਸ਼ੁਕਰ ਕਰਿਆ ਕਰ ਰੋਟੀ ਥਾਲੀ ਵਿੱਚ ਪੈ ਕੇ ਤੇਰੇ ਸਾਹਮਣੇ ਡਾਈਨਿੰਗ ਟੇਬਲ ਤੇ ਉਹਦੀ ਚਿੱਤ ਕਰਿਆ ਕਰ ਉਹਨੂੰ ਹਰ ਇੱਕ ਚੀਜ਼ ਜਿਹੜੀ ਹੈ ਮਾਲਕ ਅੱਗੇ ਵੀ ਬਖਸ਼ਿਸ਼ ਕਰਨਗੇ ਸਾਬ ਕਹਿੰਦੇ ਜੇ ਤੂੰ ਉਹਦੇ ਸ਼ੁਕਰ ਵਿੱਚ ਜਾਵੇਂ ਨਾ ਤੇ ਤੂੰ ਆਪ ਵੇਖੇਂਗਾ ਕਦੀ ਇਸ ਅੱਖ ਨਾਲ ਅੱਜ ਤੱਕ ਸ਼ਾਇਦ ਅਸੀਂ ਵੇਖਿਆ ਹੀ ਨਹੀਂ ਅਸੀਂ ਸ਼ਿਕਵੇ ਕਰਦੇ ਰਹੇ ਆਂ ਉਨੂੰ ਮਿਹਣੇ ਦਿੰਦੇ ਰਹਾਂ ਕਿਤੇ ਇਹ ਸਖ ਨਾਲ ਅਸੀਂ ਆਪਣੇ ਸੰਸਾਰ ਨੂੰ ਤੱਕਣਾ ਕਰੀਏ ਧਿਆਨ ਕਰਾਂਗੇ ਤਾਂ ਯਾਦ ਰੱਖਿਓ ਗੁਰੂ ਕੇ ਪਿਆਰਿਓ ਫਿਰ ਸਦਾ ਹੀ ਸ਼ੁਕਰ ਹੋਵੇਗਾ ਸ਼ੁਕਰਾਨਾ ਹੋਵੇਗਾ ਸਦਾ ਹੀ ਉਸ ਮਾਲਕ ਦੇ ਅੱਗੇ ਸੀਸ ਨਿਵੇਗਾ ਜਿਹਨੂੰ ਮਹਾਰਾਜ ਸੁਖਣੀ ਸਾਹਿਬ ਚ ਕਹਿੰਦੇ ਸੋ ਕਿਉਂ ਬਿਸਰੈ ਜਿਨ ਸਭ ਕੁਛ ਦਿਆ ਜਿਸ ਮਾਲਕ ਨੇ ਸਭ ਕੁਝ ਦਿੱਤਾ ਹੈ ਉਹ ਮਾਲਕ ਤਾਂ ਮੈਨੂੰ ਭੁੱਲਣਾ ਨਹੀਂ ਚਾਹੀਦਾ ਉਹ ਮਾਲਕ ਤਾਂ ਮੇਰੀ ਯਾਦ ਵਿੱਚ ਹੋਣਾ ਚਾਹੀਦਾ ਉਹ ਮਾਲਕ ਤਾਂ ਮੇਰੇ ਚੇਤੇ ਵਿੱਚ ਹੋਣਾ ਚਾਹੀਦਾ ਮੈਨੂੰ ਕਿਵੇਂ ਵਿਸਰ ਗਿਆ ਤਾਂ ਉਹ ਸਦਾਤੇ ਦੀ ਯਾਦ ਵਿੱਚ ਮਹਾਰਜ ਕਹਿੰਦੇ ਗਾਵੇ ਕੋ ਦਾਤ ਜਾਣੇ ਨਿਸ਼ਾਨ ਤੇਰੀ ਦਿੱਤੀ ਨਿਸ਼ਾਨੀ ਜਾਣ ਕੇ ਜਦੋਂ ਵੀ ਉਹ ਦਾਤਵਾਲ ਵੇਖਦਾ ਧੀਆਂ ਪੁੱਤਰ ਵੀ ਉਹਦੀ ਦਾਤ ਹੈ ਘਰ ਵੀ ਉਹਦੀ ਦਾਤ ਹੈ ਸਰੀਰ ਵੀ ਉਹਦੀ ਦਾਤ ਹੈ ਕਾਰੋਬਾਰ ਵੀ ਉਹਦੀ ਦਾਤ ਹੈ ਹਰ ਚੀਜ਼ ਉਹਦੀ ਦਾਤ ਹੈ ਤੇ ਫਿਰ ਜਿਸ ਦੀ ਦਾਤ ਹੈ ਉਸ ਦਾਤੇ ਦਾ ਧੰਨਵਾਦ ਕਰਨਾ ਬਣਦਾ ਹੈ ਉਹਦਾ ਸ਼ੁਕਰਾਨਾ ਕਰਨਾ ਬਣਦਾ ਹੈ ਗੁਰੂ ਕਿਰਪਾ ਕਰੇ ਅਸੀਂ ਸ਼ਿਕਵਿਆਂ ਦੀ ਦੁਨੀਆ ਵਿੱਚੋਂ ਨਿਕਲ ਕੇ ਸ਼ਿਕਾਇਤਾਂ ਦੀ ਦੁਨੀਆ ਵਿੱਚੋਂ ਨਿਕਲ ਕੇ ਕਿਤੇ ਉਹਦੇ ਸ਼ੁਕਰ ਵਿੱਚ ਜੁੜ ਜਾਈਏ ਸ਼ੁਕਰਾਨਾ ਕਰਨਾ ਆ ਜਾਏ ਤੇ ਮਹਾਰਜ ਕਹਿੰਦੇ ਜਦੋਂ ਸ਼ੁਕਰ ਕਰੇਗਾ ਜਿਸकी ਬਸ ਇਸ ਅੱਗੇ ਰੱਖੇ ਪ੍ਰਭ ਕੀ ਅਗਿਆ ਮੰਨੈ ਮਾਥੇ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਆਪਾਂ ਇਸ ਪਾਵਨ ਰੇਂਦੀ ਪੌੜੀ ਨੂੰ ਅਗਲੇ ਜਿਹੜਾ ਭਾਗ ਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਹੋਈਆਂ ਪੁੱਲਾਂ ਦੀ ਖਿਮਾ ਫਤਿਹ ਬਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ